ਅਸਲਾਮੁਆਲਿਕਮ ਸਾਡੀ YouTube ਫੈਮਿਲੀ ਕੀ ਹਾਲੇ ਤੁਹਾਡਾ ਸਾਰਿਆਂ ਦਾ ਠੀਕ ਹੋ ਵਧੀਆ ਅਲਹਮਦੁਲਿਲਾ ਅਸੀਂ ਠੀਕ ਹੈਗੇ ਆ ਦੇਖੋ ਜੀ ਗਰੀਬ ਬੰਦੇ ਜੇ ਆਪਾਂ ਮਿਹਨਤ ਕਰੀਦੀ ਹੁੰਦੀ ਹੈ ਤੇ ਪੜਿਆ ਆਪਣਾ ਪੜਿਆ ਖਾਲ ਦੇ ਵਿੱਚ ਪੜਿਆ ਉਹ ਪੜਿਆ ਜੇ ਤਾਂ ਤੇ ਪੜਿਆ ਕੋਈ ਨਹੀਂ ਇਹ ਪੜੇ ਦੀ ਗੱਲ ਨਹੀਂ ਪੜੇ ਦੀ ਪੜੇ ਪੜੇ ਯਾਨੀ ਕਿ ਪਾਇ ਜਿਹਨ ਪੰਜਾਬੀ ਚਾਹਦੇ ਪਾਇਆ ਖਾਲ ਇਹ ਨਹੀਂ ਬੋਲ ਤੇ ਐ ਹੁਣ ਪਾਣੀ ਲਾਣਾ ਸੀ ਤੇ ਖਾਲ ਸਾਰਾ ਬਰਿਆ ਪਿਆ ਸਿਆਲ ਦਾ ਜਿਹੜਾ ਗੰਧ ਗੁੰਦਾ ਹੈ ਉਹਨਾ ਵੱਢਣ ਲੱਗਿਆ ਤੇ ਕੋਈ ਖਾਲ ਨੂੰ ਖਟਾਈ ਕਰਾਂਗੇ ਹਾਂ ਇਹਨਾਂ ਵੱਢਣਾ ਮੇਰੀ ਡਿਊਟੀ ਹੋਣੀ ਹੈ ਚਾ ਚਾ ਕੇ ਗਾਈ ਦੇ ਅੱਗੇ ਫੈਕੜਾ ਅਮਾਂ ਦੇ ਅੱਗੇ ਸਾਰਾ ਸੁੱਟੀ ਜਾਵਣਾ ਇਨਸ਼ਾ ਅੱਲਾਹ ਖਾ ਜਾ ਤੇ ਅਸੀਂ ਆਇਆ ਜੇ ਢੇਰ ਦਿਨਾਂ ਬਾਅਦ ਉਹ ਆਪਣੀ ਗੰਦਮ ਤੁਹਾਨੂੰ ਤਾਂ ਹੀ ਪਤਾ ਲੱਗਾ ਸਾਡੀ ਗੰਦਮ ਫੁੱਲ ਪੱਕ ਗਈ ਹੈ ਕਿਉਂਕਿ ਸਾਡ ਮਾਸ਼ਾ ਅੱਲਾਹ ਟਾਈਮ ਹੀ ਇਤਨਾ ਮਿਲਦਾ ਅਸੀਂ ਆਉਂਦੇ ਹੀ ਨਹੀਂ ਗੰਦਮਦਾਰ ਤੇ ਹਰ ਹਾਲ ਤੱਕ ਬਿਲਕੁਲ ਆਏ ਸਾਡੇ ਸਾਹਮਣੇ ਢੇਰਾ ਨਜ਼ਰ ਆ ਰਹੀ ਉਹ ਦੀਵਾਰਾਂ ਇਹ ਗੰਦਮ ਆ ਵੀ ਸਾਡੀ ਗੰਧਮ ਆਈ ਹੈ ਆ ਸਾਹਮਣੇ ਲਿਆ ਜਿਹੜੀ ਨਜ਼ਰ ਆ ਰਹੀ ਹੈ ਤੇ ਉਹ ਅੱਜ ਆਇਆ ਤਾਂ ਮੈਂ ਤਾਂ ਹੁਣ ਆ ਕੇ ਜਿਵੇਂ ਦੇਖਿਆ ਮੈਂ ਬੋਲੇ ਮਖਾ ਕਰ ਰਿਹਾ ਪਰ ਆਲਨ ਫੋਨ ਕਰੀਏ ਕਟਾਵੀਏ ਜਲਦੀ ਜਲਦੀ ਦੇਖੋ ਅੱਜ ਭਈ ਗੰਧਮ ਦੇ ਸਿੱਟੇ ਦੇ ਤੋੜ ਕੇ ਤੁਸੀਂ ਦਿਖਾ ਮੈਂ ਤੁਹਾਨੂੰ ਦਿਖਾ ਮਨੁਜ ਸਿੱਟਾ ਤਾਂ ਚਕਾਰ ਨਹੀਂ ਬਣਾਣਾ ਹੁੰਦਾ ਸਿੱਟਾ ਤੋੜਨਾ ਆ ਸਾਡੇ ਸਵੇ ਜਿਹੜੇ ਨਾ ਇਲਾਕੇ ਚ ਬੜੀ ਇੱਕ ਮੁਸੀਬਤੀ ਘੰਡਾ ਜੇ ਮੁਸੀਬਤੀ ਘੰਡਾ ਇਹ ਮੁਸੀਬਤੀ ਘੰਡਾ ਦੇਖੋ ਜੀ ਇਦਾਂ ਤੇ ਹੁੰਦਾ ਜੇ ਆ ਇਲਾਕਾ ਕਰਕੇ ਖਾ ਕੱਡ ਕੱਡ ਕੇ ਥੱਕ ਗਏ ਆ ਇੱਕ ਦੋ ਤਿੰਨ ਚਾਰ ਇਹ ਜਿੱਧਰੂ ਵੀ ਡਿਗਣਾ ਹੈ ਨਾ ਆ ਪੰਜਵਾਂ ਦਰਮਿਆਨ ਇਹ ਚ ਆਗਾ ਜਿੱਧਰੂ ਡਿਗੜਾ ਜੇ ਇੱਕ ਘੰਡੇ ਦਾ ਉੱਤੇ ਹੀ ਹੋਣਾ ਇਹ ਟਰੈਕਟਰ ਦੇ ਟਾਇਰ ਨੂੰ ਵੀ ਪੰਚਰ ਕਰ ਦਿੰਦਾ ਹਾਲ ਤੱਕ ਜਿੱਤ ਨੂੰ ਅਸਰ ਸਰਦੀਆਂ ਦੋਨਾਂ ਕਾਲਿਆ ਨਾ ਅਸਲਾਮੁਅਲੈਕਮ ਮੈਂ ਹੁਣ ਚੱਲੀਆਂ ਸਿੱਟਾ ਲੈਣ ਆਪਣੀ ਗੰਧਾ ਹੁੰਦੀ ਸੀ ਮਾਸ਼ਾਅੱਲਾ ਸਿੱਟਾ ਮਾਸ਼ਾਅੱਲਾ ਬਿਸਮਿਲਲਾ ਪੜ ਕੇ ਬਿਸਮਿਲਲਾ ਅਸਮਾਨ ਬਹੁਤ ਅੱਛਾ ਇਤਨੀ ਤੇਰੀ ਤਾਰ ਹੈ ਉਹ ਨਹੀਂ ਹਾਲਾਂਕਿ ਲੇਟ ਗੱਡੀ ਸੀ ਐਸਾ ਤੇ ਮੈਂ ਪਹਿਲਾਂ ਤੋਂ ਬਾਤ ਕਰਨੀ ਰਹੀ ਹਾਂ ਮੈਂ ਕਿਹਾ ਸਾਰੇ ਤੇ ਲੋਕਾਂ ਦੇ ਦੇਖਦੇ ਹਾਂ ਸਾਰੇ ਤੇ ਜੰਮੀ ਖਲੇ ਤੇ ਸਾਡੀ ਲੇਟ ਹੈ ਲੇਟ ਲੇਟ ਨਹੀਂ ਵੀ ਲੇਟ ਕੋਈ ਨਹੀਂ ਮਾਸ਼ਾਅੱਲਾ ਫਿਰ ਵੀ ਬਰਾਬਰ ਪੱਕ ਗਈ ਆਤ ਕੀ ਕਣਕਾਂ ਦੇ ਵਿੱਚ ਕਾਣਾ ਘਟਾ ਹੈਗਾ ਘਟ ਹਕੀਕਤ ਉਹ ਮੈਂ ਦੇਖਿਆ ਸਾਡੇ ਸਾਹਮਣੇ ਇੱਥੇ ਤੁਹਾਨੂੰ ਦਿਖਾਉਂਦਾ ਜੀ ਪ੍ਰੈਸ਼ਰ ਲੱਗੀ ਹੈ ਇੱਥੇ ਕਰਕੇ ਇਹ ਇਹ ਇਥੇ ਦੰਦ ਜੀ ਨਜ਼ਰ ਆ ਗਰੀ ਖੱਜੀ ਦੀ ਅਗਲੀ ਸਾਈਡ ਤੇ ਆ ਕੇ ਖਜੂਰ ਦੇ ਤਨੇ ਦੇ ਸਾਨੂੰ ਇਹ ਦਾਣਾ ਹੀ ਥੋੜਾ ਛੋਟਾ ਤੇ ਉਹ ਫਿਰ ਨਾ ਮੈਂ ਦੇਖਿਆ ਉਹਨਾਂ ਦਿਨੇ ਦਾਣੇ ਕੋਈ ਨਹੀਂ ਨਜ਼ਰ ਆ ਰਹੇ ਉਹਨਾਂ ਫਿਰ ਕੱਲ ਡ੍ਰੈਪਰ ਕੋਲੋਂ ਕਟਵਾਈ ਆਹ ਮੋੜ ਦਿਨ ਨੂੰ ਸਾਰੇ ਬੱਚੇ-ਬੱਚੇ ਮਿਲ ਕੇ ਤੇ ਖੁੱਦ ਜੋ ਬਿਸਮਿਲਲਾਹ ਅਛਾ ਦਾਣਾ ਥੋੜਾ ਥੋੜਾ ਛੋਟਾ ਨਹੀਂ ਜਿਵੇਂ ਸੁੰਗੜੇ ਦਾਣੋਂ ਦਾ ਨਹੀਂ ਬਸ ਇਦਾਂ ਹੀ ਹੋੜੇ ਦਾਣਾ ਥੋੜੀ ਵੀ ਇਦਾਂ ਦਾ ਸੀ ਹੂੰ ਅਚਲ ਚੱਕ ਕਰ ਪੱਕਾ ਘੜੀ ਥੋੜਾ ਪੱਕੇ ਥੋੜਾ ਪੱਕੇ ਕਰੀ ਦਾਣੇ ਮੇਰੇ ਦਾਣੇ ਨੂੰ ਦਰਦ ਹੁੰਦਾ ਹੈ ਹੂੰ ਇਦਾਂ ਦਾ ਦਾਣਾ ਮੇਰੇ ਕੋ ਛਪਾਇਆ ਨਹੀਂ ਜਾਣ ਦਾੜ ਹੁੰਦਾ ਹੁਣ ਤਾਂ ਮਸ਼ੀਨ ਆ ਗਈ ਹੈ ਦਾਣੇ ਸਾਫ ਕਰਨ ਵਾਲੀ ਤੇ ਪਹਿਲੇ ਅਕਸਰ ਸਾਡੇ ਆਦਤ ਹੁੰਦੀ ਐ ਜਿਸ ਵਕਤ ਦਾਣੇ ਸਾਫ ਕਰਨ ਨਾਲ ਇੱਕ ਦਾਣਾ ਮੂੰਹ ਚ ਡਾਲ ਲੈਣਾ ਕੱਚਾ ਕੱਚਾ ਬੜਾ ਜ਼ਾਇਕਾ ਅੱਦ ਲੱਗਦਾ ਲੇਕਿਨ ਹੁਣ ਮਾਸ਼ਲ ਜਿਹੜੇ ਸਾਡੇ ਸਾਹਮਣੇ ਨਾਲ ਐ ਨਾ ਜੇ ਤੋ ਆਟਾ ਪਿਸਾਇਆ ਜਾਂਦਾ ਦਾਣੇ ਪਿਸਵਾਏ ਜਾਂਦੇ ਨਾ ਹਾਂ ਦਾਣੇ ਹੁਣ ਉਹਨਾਂ ਕੋਲ ਮਸ਼ੀਨ ਆ ਗਈ ਸਾਫ ਸਫਾਈ ਕਰਾ ਲਾ ਲਿਓ ਬਿਲਕੁਲ ਸਾਰੇ ਦਾਣੇ ਦੀ ਸਫਾਈ ਕਰਕੇ ਦੇ ਦਿੰਦੇ ਨੇ ਆਏ ਦੇਖੋ ਜੀ ਮਾਸ਼ਾਅੱਲਾ ਸਾਡਾ ਖੇਤ ਜੀ ਕਣਕ ਦਾ ਇੱਕ ਐਡ ਪਹਿਲੀ ਜੇ ਇੱਕ ਉਹ ਸਾਈਡ ਤੋਂ ਪਹਿਲੀ ਜਗ੍ਹਾ ਕਿਕਰ ਦੇ ਨਾਲ ਲੱਗੇ ਤੇ ਦੂਜੀ ਐ ਖਜੂਰ ਦੇ ਨਾਲ ਲੱਲੀ ਹੈ ਤੇ ਇਹ ਸਾਡਾ ਬਾਜਰਾ ਜਿਹੜਾ ਉਹ ਦਿਖਾਇਆ ਸੀ ਤੁਹਾਨੂੰ ਪਹਿਲੇ ਛੋਟਾ ਛੋਟਾ ਸੀ ਉਹਨਾਂ ਬਾਜਰਾ ਵੱਡੋ ਕਿ ਤੇ ਇਹ ਬਾਜਰਾ ਬੜਾ ਮਜ਼ੇਦ ਹੁੰਦਾ ਜੀ ਆ ਲੈ ਇਹਨੂੰ ਕਹਿੰਦੇ ਜੀ ਲਾਵਾ ਬਾਜਰਾ ਇਹ ਜਿੰਨਾ ਵੱਡੇ ਜਾਉਨ ਫਿਰ ਵੀ ਉਤੋਂ ਹੋ ਜਾਂਦਾ ਹੈਗਾ ਮਾਸ਼ਾਅੱਲਾ ਸਾਵਾ-ਸਾਵਾ ਬੜਾ ਸੁਣਾ ਚਲੋ ਮੈਂ ਵੱਡਦਾ ਕਰੋ ਚੱਕ ਚਲੋ ਦਿਖਾ ਲੈ ਬismillah ਫੁੱਲ ੜੁੜਕੇ ਪਏ ੜੁੜਕੇ ਪਏ ਅੱਛਾ ਤੂੰ ਵੇਖਣੇ ਜੀ ਲੱਗ ਰਹੀ ਪਹਿਲੀ ਪੱਕੀ ਨਹੀਂ ਸਹੀ ਤਰ੍ਹਾਂ ਨਹੀਂ ਨਹੀਂ ਉਹ ਪਤਾ ਕੀ ਹੈਗਾ ਹੂੰ ਕੁਝ ਹੈਗਾ ਜਦ ਸਿੱਤੇ ਵੀ ਥੋੜੇ ਬਹੁਤ

ਹੋਣੀ ਸੋ ਪਾਣੀ ਬਿਲਕੁਲ ਰੁਕ ਰੁਕ ਪਿਛਲੀ ਦਫਾ ਪਾਣੀ ਬੜਾ ਸੰਜਲੀਲ ਕੀਤਾ ਤੇ ਮੈਂ ਕਿਹੜਾ ਵੱਡਣਾ ਵੱਡਣਾ ਤਾਂ ਤੋਂ ਹੀ ਹੈ ਮੈਂ ਸਿਰਫ ਠਾ ਕੇ ਫੈਂਪਣਾ ਮੇਰੀ ਹੈ ਇਹ ਡਿਊਟੀ ਹੈ ਗਰਮੀ ਚ ਬਾਜਰਾ ਹੋਇਆ ਕਿਵੇਂ ਖੜਾ ਸੁੱਕਾ ਸੁੱਕਾ ਕੱਲ ਪਾਣੀ ਲੱਗਣਾ ਹੈ ਨਾ ਸਾਡੇ ਪਾਣੀ ਦੀ ਬਾਰੇ ਤੇ ਬੱਚਿਆਂ ਦਾ ਟਾਈਮ ਮਿਲ ਜਾਂਦਾ ਬੜਾ ਮੁਸ਼ਕਿਲ ਹੁੰਦੀ ਹੈ ਕਿ ਹੋ ਗਿਆ ਐ ਆਂਦੀ ਹੈ ਬਖੜੇ ਉਹ ਨਹੀਂ ਮੈਨੂੰ ਦੁੱਧ ਪੀਣ ਦੇਵਾ ਜਾ ਅੱਛਾ ਛੱਡ ਗਾ ਤੈਨੂੰ ਆਲਾ ਇਹ ਦੂਰ ਕਿ ਦੁਬਾਰਾ ਆਮਣੀ ਵਾਪਸ ਆ ਗਾਂ ਸੋਈ ਸੀ ਆਪਣੀ ਤੇ ਇਹਨੇ ਵੱਚੀ ਦਿੱਤੀ ਹੈ ਇਹਨੂੰ ਸ਼ੌਕ ਬੜਾ ਚੜੇ ਹੁੰਦਾ ਵੱਚੀ ਤੇ ਦੁੱਧ ਦਾ ਹਾਂ ਤੇ ਬੇਗਮ ਕਹਦੀ ਹੈ ਨਹੀਂ ਉਹ ਮੈਨੂੰ ਦੁੱਧ ਪੀਣ ਦੇ ਉਹ ਕਿੰਨੇ ਨੇ ਕਰਦੇ ਹੈ ਜੋ ਗੰਨ ਨਹੀਂ ਮੈਨੂੰ ਦੁੱਧ ਪੀ ਮਿੱਲੀ ਦੇਖਿਆ ਕਿੱਥੇ ਇਹ ਕਿਆ ਖਾ ਲੈ ਹੈ? ਹਾਂ? ਕਿਆ ਖਾ ਲੈ? ਬੰਨਾ ਵੱਡਾ ਬੰਨਾ ਵੱਡਾ ਆਹ ਦੇਖੋ ਜੀ ਚਾਓ ਜੀ। ਆਹ ਇਹ ਗਾ ਜਿਹੜਾ ਵੱਡਾ ਹੈ। ਸਿਰਫ ਆਦੇ ਥੋੜਾ। ਚਾਹ ਚਾਓ ਮੈਂ? ਆਹ ਸੋਟਿਆ।

ਪੱਤਰ ਕੱਢ ਦੇ ਨਹੀਂ ਨਹੀਂ ਆ ਵੀ ਦੇਖੋ ਆਪਸ ਸਥਰੇ ਹੋ ਗਿਆ ਖਾਲ ਬਿਲਕੁਲ ਤੇ ਸੂਬਾ ਹੈ ਪਾਣੀ ਦੀ ਵਾਰੀ ਤੇ ਹੁਣ ਲੱਗਣ ਬੰਨੇ ਬੰਨੇ ਹੈ ਇਹ ਖੜੇ ਜੱਟਾਂ ਦੇ ਕੰਮ ਖੇਦਾਂ ਨਹੀਂ ਹੁੰਦੇ ਇਦਾਂ ਦੇ ਹੀ ਹੁੰਦੇ ਜਦੋਂ ਦੇਖਦੇ ਪਏ ਆ ਬੜੇ ਔਖੇ ਕੰਮ ਹੁੰਦੇ ਨੇ بس ਜਿਹੜੇ ਚੀਜ਼ ਇਹਨਾਂ ਕੋਲੋਂ ਲੈ ਲੈਂਦੇ ਨਾ ਖੋਖੋ ਕੀ ਨਹੀਂ ਸੋਖੇ ਲੱਗਦੇ ਨਾਨੀਆਂ ਜਿਹੜੇ ਵਪਾਰੀ ਆਉਂਦੇ ਨੇ ਕੋਈ ਚੀਜ਼ ਲੈਣੀ ਆਉਂਦੇ ਤੇ ਜਦ ਦਮਾ ਬੜਾ ਖਰਾਬ ਹੁੰਦਾ ਮੈਂ ਕਹਿੰ ਗਿਆ ਇੱਕ ਦਿਨ ਕਰਕੇ ਦੇਖੇ ਕੰਮ ਕਿ ਸਰਉ ਨਾ ਜਦ ਪੱਠੇ ਪਾ ਕੇ ਵੇਖੇ ਖਾਲੇ ਛੱਡ ਕੇ ਵੇਖੇ ਮੁੱਕਣਾ ਪੱਕਾ ਹੀ ਹੈ ਦਾਤਰੀਆਂ ਤੇਜ਼ ਕਰਾ ਲਓ ਉਹ ਦਾਤਰੀਆਂ ਤਾਂ ਤੇਜ਼ ਹੋ ਜਾਣੀਆਂ ਨੱਲਾ ਕਰੂਗਾ ਇਨਸ਼ਾਅੱਲਾ ਕਹਿੰਦਾ ਕਵਿਟ ਵੀ ਰੈਪਰ ਤੋਂ ਡਾਲ ਰੈਪਰ ਤੋਂ ਵਟਾਣੀ ਵੈਸੇ ਜੋੜਦੀ ਵੀ ਫਿਰ ਲੈਬਰ ਇਕ ਰਾਏ ਜੋ ਸੁਦੇ ਦਿੱਤੀ ਹੈ ਜੀ ਕਿੰਨੇ ਦਿਨੋਂ ਇਤਨਾ ਕੰਮ ਹੁੰਦਾ ਹੈ ਕਿ ਸਾਰੇ ਕੰਮ ਨਹੀਂ ਬੰਦਾ ਕਰ ਸਕਦਾ ਰੈਪਰ ਤੋਂ ਪਤਾਵਾਂ ਜੀ ਅੱਲਾ ਘਰ ਸੇ ਵੜ ਜਾ ਸਵੇਰ ਜਲਦੀ ਜਲਦੀ ਇਹ ਤੂੰ ਪਹਿਲੇ ਪਹਿਲੇ ਕਲੋਰ ਕਰ ਲਵਾਂਗੇ ਇਨਸ਼ਾਅੱਲਾ ਇਨਸ਼ਾਅੱਲਾ ਤੇ ਅੱਜ ਦੇ ਜਿਹੜੇ ਛੋਟੇ ਜਿਹੇ ਵਲੋਗਸ ਤੁਹਾਡੇ ਨਾਲ ਸ਼ੇਅਰ ਕੀਤਾ ਹੈਗਾ ਜੀ ਆ ਜਿਹੜਾ ਛੋਟਾ ਜਿਹਾ ਕੰਮ ਸੀ ਸਾਡਾ ਛੋਟਾ ਜਿਹਾ ਸਾਡੇ ਵਾਸਤੇ ਤਾਂ ਛੋਟਾ ਹੀ ਹੁਣ ਸੁਣ ਲੱਗ ਰਿਹਾ ਹੋਣਾ ਕਿਉਂਕਿ ਆਪਾਂ ਕਾਫੀ ਧੇਰ ਤੇ ਲੱਗੇ ਜਿਆ ਹੈ ਖਾਲਾ ਖੁਲਾ ਹੁਣ ਸਾਫ ਕੀਤਾ ਹੈਗਾ ਇਹ ਦੇਖੋ ਭਾਈਆ ਇਹ ਕਾ ਬੜਾ ਜੀ ਤੇ ਬੈਕ ਤੁਹਾਡਾ ਸ਼ੇਅਰ ਕਰ ਦੇ ਬੰਦੀ ਮੇਂ ਵੀਡੀਓ ਸ਼ੇਅਰ ਕੀਤੀ ਯਾ ਤੇ ਉਹ ਛੋਟ ਭਾਈਆ ਐਸੀ ਦਾਲ ਬਕਸੇ ਦਾ ਸਾਫ ਮੈਂ ਪਹਿਲੇ ਵੱਡੇ ਆਏਗਾ ਤੇ ਉਹ ਬਾਅਦ ਵਿੱਚ ਉਹ ਸਫਾਈ ਕੀਤੀ ਹੈਗੀ ਤੇ ਛੋਟਾ ਜਿਹਾ ਬੱਚਾ ਉਹਦੇ ਨਾਲ ਫਿਰ ਰਿਹਾ ਸੀ ਤੇ ਅੱਲਾਹ ਪਾਕ ਸਭ ਦੀ ਜ਼ਿੰਦਗੀ ਜਸਾਨੀਆਂ ਕਰੇ ਜੀ ਜਿੰਨੇ ਲੋਕ ਮੁਸ਼ਕਿਲ ਹੈ ਜਾਂ ਸਭ ਦੇ ਵਾਸਤੇ ਅੱਲਾਹ ਪਾਕ ਸਾਨੀਆਂ ਕਰੇ ਜੀ ਆਪਣਾ ਖਿਆ الله حافظ